आप देख रहे हैं APN वेब न्यूज। मैं गुरजीत सिंह वालिया, वालिया चैरिटेबल सोसाइटी चेयरमैन जलंधर। मेरे वालों अज जो 26 जनवरी से जो साड़ी केंद्र सरकार ने किसानां दे हक च ट्रैक्टर ट्रैक्टरां दी परेड कराउंदी इजाजत दे दित्ती है, उहदे वास्ते जिहड़ा इदां ही मैं केंद्र सरकार अगे हाथ जोड़ के अपील करदा कि इदां ही इहनां नूं उह खुशी दा तोहफा दे दिओ। जिहड़े कानून इहनां ने केंद्र सरकार ने इहनां दे बणे ने उह वापस लै लो। इदां ही इह अपने चाई चाई अपने घरां नूं चले जाण, अपने बच्चियां 'च बहन। इह वी जो अपने दिन दिहाड़ मिस कर रहे आ, इह वी अपने बच्चियां 'च जा के परिवार 'च मनाउण। और केंद्र सरकार साडी मानयोग मोदी सरकार जिहड़ी है, उहनां कोल इक मौका है कि 26 जनवरी वाले दिन इह इहनां नूं किसानां नूं तोहफा दे सकदे ने, ते ओ इहनां नूं इह कानून वापस लै के इहनां नूं ओह किसान वीरां नूं साडिआं नूं ਉਹ ਤੋਹਫਾ ਦੇ ਦੇਣ, ਅਤੇ ਇਹ ਵੀ ਵਿਚਾਰੇ ਆਪਣੇ ਘਰਾਂ 'ਚ ਵਾਪਸ ਚਲ ਜਾਣ। ਦੂਸਰਾ ਹੈ ਕਿ ਜਿਹੜੇ ਮੇਰੇ ਕਿਸਾਨ ਵੀਰ ਉੱਥੇ ਸ਼ਹੀਦ ਹੋਏ ਨੇ, ਉਹਨਾਂ ਨੂੰ ਮੈਂ ਤਾਂ ਬਿਲਕੁਲ ਸ਼ਹੀਦ ਹੀ ਸਮਝਦਾ, ਕਿਉਂਕਿ ਅੰਦੋਲਨ ਦੇ ਵਿੱਚ ਉਹ ਸ਼ਹੀਦ ਹੋਏ, ਉਹ ਸ਼ਹੀਦੀ 'ਚੋਂ ਕੱਟ ਨਹੀਂ ਹੈ ਬਲਕਿ ਬਹੁਤ ਉੱਪਰ ਵਾਲੇ ਨੇ। ਉਹਨਾਂ ਦਾ ਮੈਂ ਇੱਕ ਬੇਨਤੀ ਕਰਦਾ, ਇੱਕ ਮਾਨਯੋਗ ਪੰਜਾਬ ਸਰਕਾਰ ਜਾਂ ਮਾਨਯੋਗ ਕੇਂਦਰ ਸਰਕਾਰ ਕੋਲ ਇਹਨਾਂ ਦਾ ਰਹਿੰਦੀ ਦੁਨੀਆ ਤੱਕ ਨਾਮ ਰਹਿਣਾ ਚਾਹੀਦਾ, ਔਰ ਇਹਨਾਂ ਨੂੰ ਮੈਂ ਹੱਥ ਜੋੜ ਕੇ ਇਹਨਾਂ ਨੂੰ ਨਮਨ ਕਰਦਾ ਔਰ ਇਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਕਿ 26 ਜਨਵਰੀ ਦੇ ਮੌਕੇ 'ਤੇ ਇਹ ਮਤਲਬ ਕਿ ਬਹੁਤ ਜ਼ਿਆਦਾ ਇਹਨਾਂ ਦੇ ਪਰਿਵਾਰ। ਮੈਂ ਤਾਂ ਇਹ ਚਾਹੁੰਦਾ ਕਿ ਇਹਨਾਂ ਜਿਹੜੇ ਸਾਡੇ ਕਿਸਾਨ ਵੀਰ ਅੰਦੋਲਨ ਦੇ ਵਿੱਚ ਸ਼ਹੀਦ ਹੋਏ, ਇਹਨਾਂ ਦੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਏ ਔਰ ਇਹਨਾਂ ਦੇ ਕੁਛ ਸੋਚਿਆ ਜਾਵੇ। ਦੂਸਰਾ ਇਹ ਮੈਂ ਆਪਣੇ ਵਾਲੀਆ ਚੈਰੀਟੇਬਲ ਸੋਸਾਇਟੀ ਵੱਲੋਂ ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਮਤਲਬ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਇਹ ਸੱਚੇ ਪਾਤਸ਼ਾਹ ਇਹਨਾਂ ਦਾ ਜਿਹੜਾ ਜੈ ਜਵਾਨ ਕਿਸਾਨ ਜੈ ਜਵਾਨ ਜੈ ਕਿਸਾਨ ਦਾ ਮੈਂ ਨਾਰਾ ਲਾਉਂਦਾ। ਮੇਰੇ ਵੱਲੋਂ ਇੱਕ ਵਾਰ ਫਿਰ ਮੇਰੇ ਦੇਸ਼ ਵਾਸੀਆਂ ਨੂੰ ਅਤੇ ਆਪਣੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਮੈਂ ਇਹਨਾਂ ਨੂੰ ਨਮਨ ਕਰਦਾ ਔਰ ਇਹਨਾਂ ਨੂੰ ਸਲਾਮ ਕਰਦਾ। ਅਤੇ ਇਹ ਮੈਂ ਇਹ ਅਤੇ ਇਸ ਦਿਨ ਮੋਦੀ ਸਰਕਾਰ 26 ਜਨਵਰੀ ਦੇ ਮੌਕੇ 'ਤੇ ਇਹ ਆਪਣਾ ਮੌਕਾ ਨਾ ਗਵਾਏ, ਮੋਦੀ ਸਰਕਾਰ ਇਹਨਾਂ ਨੂੰ ਜਿਹੜਾ ਇਹਨਾਂ ਦੇ ਜਿਹੜੇ ਕਾਨੂੰਨ ਬਣਾਏ ਆ ਉਹ ਵਾਪਸ ਲੈ ਲੈਣ, ਅਤੇ ਤਾਂ ਕਿ ਮੋਦੀ ਸਰਕਾਰ ਵੀ ਇਤਿਹਾਸ ਆਪਣਾ ਰਚ ਸਕਦੀ ਹੈ। ਜੈ ਜਵਾਨ ਜੈ ਕਿਸਾਨ। ਧੰਨਵਾਦ।